ਦਵਾਰ ਸੀ ਜਿਹੜਾ ਉਹਦਾ ਨਾਮ ਸੀ ਜੀਮ ਤੇ ਉਹਦਾ ਮੁੰਡਾ ਸੀ ਗੜੀ ਤਫੈਲ। ਅੱਛਾ ਤਫੈਲ ਤੁਹਾਡਾ ਹੈਗਾ ਸੀ ਡਾਕਖਾਨਾ ਜਿਹੜਾ ਸੀ ਨਾ ਉੱਥੇ ਹੈਗਾ ਸੀ ਜੈਲਦਾਰ ਜੀ ਜੀ ਵਾਹਗਾ ਖਾਨ ਦੇ ਖਾਨ ਖਾਨ ਜੀ ਜੀ ਅਤੇ ਉਹ ਮਤਲਬ ਵੋਟਾਂ ਵਾਟਾਂ ਦੀ ਲੋੜ ਹੈਗੀ ਹੁਣ ਕਦੇ ਪੈਸੇ ਤਾਂ ਉਹ ਮਤਲਬ ਸਾਡੇ ਮਤਲਬ ਬੜਾ ਮਤਲਬ ਢਾਬਿਆਂ ਦਾ ਨਹੀਂ ਰਹੇ ਅਤੇ ਸਾਡਾ ਸਾਡੇ ਜਿਹੜਾ ਪਿੰਡ ਦਾ ਸੂਬਾ ਹੈ ਉਹ ਹੀ ਸੂਬਾ ਉਹਨੂੰ ਜਾਂਦਾ ਹੈ। ਅੱਛਾ ਅੰਮ੍ਰਿਤਸਰ ਜ਼ਿਲ੍ਹੇ ਦੀ ਤਹਿਸੀਲ ਬਾਬੇ ਬਕਾਲੇ ਦਾ ਇੱਕ ਪਿੰਡ ਹੈ ਪੋਰਸ਼ੀ ਰਾਜਪੂਤਾਂ ਜਿਹੜਾ ਕਿ 47 ਤੋਂ ਪਹਿਲਾਂ ਮੁਸਲਮਾਨ ਰਾਜਪੂਤਾਂ ਦਾ ਪਿੰਡ ਸੀ ਅਤੇ 47 ਤੋਂ ਬਾਅਦ ਜਿਹੜੇ ਲੋਕ ਇੱਥੇ ਆਏ ਬਾਹਰ ਚੋਂ ਉੱਜੜ ਕੇ ਉਹਨਾਂ 'ਚੋਂ ਇੱਕ ਬਜ਼ੁਰਗ ਸਾਡੇ ਨਾਲ ਬੈਠੇ ਨੇ ਇਹਨਾਂ ਨਾਲ ਕਰਦੇ ਹਾਂ ਜੀ ਗੱਲਬਾਤ। ਬਾਬਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਕੀ ਨਾਂ ਜੀ ਆਪਣਾ? ਮੇਰਾ ਨਾਂ ਸੁੱਚਾ ਸਿੰਘ ਜੀ। ਠੀਕ ਹੈ ਜੀ। ਇਹ ਕਿਹੜੇ ਚੱਕ 'ਚ ਰਹਿੰਦੇ ਸੀ ਉੱਧਰ? ਅਸੀਂ ਚੱਕ ਨੰਬਰ 35 'ਚ ਰਹਿੰਦੇ ਹਾਂ ਭਗਤਾ। ਇਕੱਲਾ 35? ਭਗਤਵਾ ਚੱਕ ਨੰਬਰ 35 ਡਾਕਖਾਨਾ ਕੜਕਣ। ਅੱਛਾ, ਜ਼ਿਲ੍ਹਾ ਕਿਹੜਾ ਸੀਗਾ? ਜ਼ਿਲ੍ਹਾ ਤਹਿਸੀਲ ਬਾਜਾਰ ਸ਼ੇਖੂਪੁਰ। ਅੱਛਾ, ਸ਼ੇਖੂਪੁਰ 'ਚ ਤੁਸੀਂ ਰਹਿੰਦੇ ਸੀਗੇ ਤਾਂ ਨੇੜੇ ਤੇੜੇ ਕਿਹੜੇ ਚੱਕ ਸੀਗੇ ਹੋਰ? ਨੇੜੇ ਪਿੰਡ ਦੇਖਣ ਢਾਬਾ ਮੰਡੀ ਸੀ ਜੀ ਅਤੇ ਸਕੂਲ ਨਵਾਂ ਪਿੰਡ ਸੀ ਹਾਈ ਸਕੂਲ। ਅੱਛਾ ਜੀ। ਜਿੱਥੇ ਅਸੀਂ ਪੜ੍ਹਦੇ ਹਾਂ ਅਸੀਂ ਉਦੋਂ ਮਤਲਬ ਮੈਂ 17ਵੇਂ ਸਾਲ 'ਚ ਜਾਂਦਾ। ਅੱਛਾ ਜੀ, ਠੀਕ ਹੈ। 8ਵੀਂ 'ਚ ਪੜ੍ਹਦਾ ਹਾਂ ਜੀ 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 ਇਹਨੂੰ ਆਏ ਹਾਂ। ਠੀਕ ਹੈ। ਇੱਧਰੋਂ ਕਿਹੜੇ ਪਿੰਡਾਂ 'ਚੋਂ ਗਏ ਸੀ ਉੱਠ ਕੇ? ਆ ਥੋਠੀਆਂ ਪਿੰਡ ਸਾਡਾ ਆ ਜਿਹੜਾ ਥੋਠੀਆਂ। ਠੀਕ ਹੈ। ਆ ਸੜਕ ਦੇ ਉੱਤੇ ਆ। ਤੁਹਾਡਾ ਨਾਮ ਕੀ ਹੈ ਜੀ? ਮੇਰਾ ਨਾਮ ਸੁੱਚਾ ਸਿੰਘ ਜੀ। ਅਤੇ ਗੋਤ? ਗੋਤ ਹਾਂਡਾ ਜੀ। ਇਹ ਕੰਬੂਆਂ ਦੇ ਵਿੱਚ ਹਾਂਡਾ ਗੋਤ ਵੀ ਹੁੰਦੀ ਆ? ਹਾਂ ਜੀ, ਕਿਉਂਕਿ ਥਿੰਦ ਤੁਰਨਾ ਰਤਨਪਾਲ ਇੱਦਾਂ ਦੀਆਂ ਗੋਤਾਂ ਤਾਂ ਅਸੀਂ ਬਹੁਤ ਸੁਣੀਆਂ। ਜ਼ਮੀਨ ਸਾਡੀ ਦੋਵੇਂ ਪਿੰਡ ਸੀ ਇੱਥੇ ਉੱਥੇ ਉੱਥੇ ਪਾਕਿਸਤਾਨ 'ਚ। ਕਿਹੜੇ ਕਿਹੜੇ ਚੱਕਾਂ 'ਚ ਸੀਗੀ? ਇੱਕ ਚੱਕ ਨੰਬਰ 35 ਤੁਹਾਨੂੰ ਦੱਸਿਆ ਭਗਤ ਵਾਲਾ ਜੀ ਅਤੇ ਦੂਜਾ ਸੀ ਥੋਠੀਆਂ ਕਲਾਂ ਚੱਕ ਨੰਬਰ 10। ਇਸ ਪਿੰਡ ਤੋਂ ਜਾ ਕੇ ਉਹਦਾ ਨਾਂ ਥੋਥੀਆਂ ਕਲਾਂ ਚੱਲ ਪਿਆ? ਹਾਂ ਜੀ, ਉਹ ਢਾਬਾ ਮੰਡੀ ਤੋਂ ਤਕਰੀਬਨ 3 ਮੀਲ ਸੀ। ਜਿਹੜਾ ਤੁਹਾਡਾ ਚੱਕ ਸੀਗਾ 35, ਹਾਂ 35 ਚੱਕ ਸੀ ਜਿਹੜਾ, ਉਹਦੇ 'ਚ ਬਹੁਤੇ ਬੰਦੇ ਇੱਧਰੋਂ ਅੰਮ੍ਰਿਤਸਰ ਤੋਂ ਗਏ ਸੀ? ਉਹਦੇ 'ਚ ਮਤਲਬ ਬਾਕੀ ਤਾਂ ਸਾਰੇ ਆਪਣੇ ਸੀ, ਇੱਕ ਮੋਹਵਾੜਾ ਸੀ ਜੀ ਅਤੇ 5-4 ਘਰ ਸੀ ਮੁਸਲਮਾਨਾਂ ਦੇ। ਉਹ ਕੀ ਕੰਮਕਾਰ ਕਰਦੇ ਸੀ? ਉਹ ਇੱਕ ਨਾਈ ਸੀ। ਕੀ ਨਾਂ ਸੀ ਉਹਦਾ? ਉਹਦਾ ਨਾਂ ਸੀ ਦੀਨਾ। ਦੀਨਾ, ਠੀਕ ਹੈ ਜੀ। ਅਤੇ ਉਹਦੇ ਮੁੰਡੇ ਸੀ ਤਫੈਲ ਸਦੀਕ ਮੁਹੰਮਦ ਮੁੜ ਮੁੜ ਗਏ ਹੋਣੇ ਆ। ਅਤੇ ਲਵਾਰ ਸੀ ਜਿਹੜਾ ਉਹਦਾ ਨਾਂ ਸੀ ਜੀਮ ਅਤੇ ਉਹਦਾ ਮੁੰਡਾ ਸੀ ਗੜੀ ਤਫੈਲ। ਅੱਛਾ, ਤਫੈਲ ਤੁਹਾਡਾ ਹਾਣੀ ਹੋਣਾ? ਹਾਂਜੀ। ਤੁਹਾਡਾ ਉਹਦੇ ਨਾਲ ਕਿੱਦਾਂ ਦਾ ਮੇਲ ਜੋਲ ਸੀਗਾ ਮੁਸਲਮਾਨਾਂ ਦਾ? ਬਹੁਤ ਵਧੀਆ ਸੀ ਮੇਲ ਜੋਲ, ਐਸੇ ਜੋ ਭਰਾਵਾਂ ਨੂੰ ਵਰਤੇ ਆ। ਕੋਈ ਭੇਦਭਾਵ ਨਹੀਂ, ਕੋਈ ਫਰਕ ਨਹੀਂ? ਭੇਦਭਾਵ ਇਹ ਸੀ ਵੀ ਜੇ ਕੋਈ ਬੜਾ ਭੇਦਭਾਵ ਕਰਦਾ ਸੀ ਨਾ ਉਹਨੂੰ ਸੁੱਕਾ ਰਾਸ਼ਨ ਦੇ ਜਾ ਵੀ ਆਪਣੇ ਤੋਂ ਮਤਲਬ ਜਿਹੜਾ ਤੇਰਾ ਕੋਈ ਹੈਗਾ ਵਾ ਮਤਲਬ ਆਪਣਾ ਆਪਣਾ ਪਕਾ ਅਤੇ ਆਪਣਾ ਖਾ ਲਾ, ਆਪਣਾ ਉਹਦੇ ਘਰ ਪਕਾ ਲਾ ਅਤੇ ਖਾ ਲਾ ਕੇ ਚਾਹੀਂ ਮੈਂ। ਅੱਛਾ ਅੱਛਾ ਅੱਛਾ। ਅਤੇ ਤੁਹਾਡੀਆਂ ਰਿਸ਼ਤੇਦਾਰੀਆਂ ਵੀ ਬਹੁਤੀਆਂ ਉੱਧਰ ਹੀ ਸੀਗੀਆਂ? ਹਾਂਜੀ। ਕਿਹਨਾਂ ਕਿਹਨਾਂ ਚੱਕਾਂ 'ਚ ਸੀਗੀਆਂ ਜੀ? ਇੱਕ ਤੁਸੀਂ ਨਵਾਂ ਪਿੰਡ, ਨਵਾਂ ਪਿੰਡ ਮੇਰੇ ਸਹੁਰੇ ਸੀ। ਅਤੇ ਤੁਹਾਡਾ ਵਿਆਹ ਉੱਧਰ ਹੋ ਗਿਆ ਸੀ? ਨਹੀਂ, ਵਿਆਹ ਸਾਡਾ ਇੱਧਰ ਹੀ ਇੱਧਰ ਹੀ ਹੋਇਆ। ਅੱਛਾ, ਬਾਅਦ 'ਚ ਸਹੁਰੇ ਬਣੇ ਆ? ਹਾਂਜੀ। ਐਸੇ ਨਵੇਂ ਪਿੰਡ ਤੋਂ ਗਏ? ਇੱਧਰ ਵੀ ਨਵਾਂ ਪਿੰਡ ਹੀ ਆ। ਜਲੰਧਰ 'ਚ ਜਿਹੜਾ? ਨਹੀਂ, ਆ ਅੱਛਾ ਅੰਮ੍ਰਿਤਸਰ 'ਚ ਹੀ ਆ। ਅੱਛਾ, ਨਵਾਂ ਪਿੰਡ ਸੀ। ਹੋਰ ਜੀ? ਹੋਰ ਉਹ ਮੇਰੇ ਭਰਾ ਵਾ ਉਹਦਾ ਉਹਦਾ ਸੀ ਮਤਲਬ ਛਾਪਿਆਂ ਸੀ, ਛਾਪਿਆਂ ਵਾਲੀ, ਉਹ ਵੀ ਲੱਗ ਗਿਆ ਨਵੇਂ ਪਿੰਡ ਦੇ। ਠੀਕ, ਹਾਂ ਨਾਲ ਹੀ। ਹਾਂਜੀ ਠੀਕ ਠੀਕ ਠੀਕ। ਅਤੇ ਕਿੱਦਾਂ ਦਾ ਮਾਹੌਲ ਹੁੰਦਾ ਸੀ ਉੱਥੇ? ਬਹੁਤ ਵਧੀਆ ਸੀ ਮਾਹੌਲ, ਹੈ ਜੋ ਭੈਣ ਭਰਾਵਾਂ ਵਾਂਗੂ ਦੁਨੀਆ ਵਰਤੀ ਸੀ, ਮਤਲਬ ਉਹ ਮੁਸਲਮਾਨ ਸਾਡੀ ਬਹੁਤ ਕਦਰ ਕਰਦੇ। ਠੀਕ। ਅਤੇ ਤੁਸੀਂ ਸਕੂਲ ਗਏ ਸੀ? ਹਾਂਜੀ, ਸਕੂਲ ਸਕੂਲ ਮੈਂ 8ਵੀਂ 'ਚ ਜਾਂਦਾ ਸੀ, 8ਵੀਂ 'ਚ ਪੜ੍ਹਦਾ ਹੁਣ। ਅਤੇ ਸਕੂਲ ਕਿੱਥੇ ਸੀਗਾ ਜੀ? ਇਹ ਨਵੇਂ ਪਿੰਡ ਸੀ। ਚੱਕ ਨੰਬਰ ਨਹੀਂ ਯਾਦ ਹੋਣਾ? ਚੱਕ ਨੰਬਰ ਉਹ ਹੈਗਾ ਸੀ 78। ਚੱਕ ਨੰਬਰ 78 ਨਵਾਂ ਪਿੰਡ। ਹਾਂਜੀ, ਤੁਹਾਡਾ ਸਕੂਲ ਉੱਥੇ ਸੀਗਾ? ਹਾਂਜੀ। ਟੀਚਰ ਯਾਦ ਜੀ ਤੁਹਾਨੂੰ ਆਪਣੇ ਉਸਤਾਦ? ਹਾਂਜੀ, ਉਸਤਾਦ ਯਾਦ ਆ ਜੀ? ਹਾਂਜੀ। ਦੱਸੋ ਤਾਂ ਉਹਨਾਂ ਦੇ ਨਾਂ। ਮਤਲਬ ਇੱਕ ਤਾਂ ਸੀ ਇੰਦਰ ਸਿੰਘ ਜੀ, ਦੂਜਾ ਸੀ ਗਿਆਨੀ ਜਿਹੜਾ ਸੀ ਉਹ ਹੈਗਾ ਸੀ
मतलब नाम गया भुल गया छोन सिंह। अच्छा, टीचर कोई मुसलमान नहीं सिगा? खालसा हाई स्कूल खालसा तकरीबन अपने मतलब सिख छे। अच्छा, खालसा हाई स्कूल करके उत्थे बच्चे किन्ने चक्कां दे पढ़न आउंदे सी तुहाडे वाले चक्क? उह तकरीबन उह छाणा मतलब लागे लागे ना उह सी मतलब स्कूल हाई सी तहावियां मतलब ਦਾਵੀਆਂ ਮੀਲਾਂ ਤਾਂ ਨਾ ਉਹੋ ਹੀ ਲਾਗੇ ਲਾਗੇ ਹਾਈ ਸਕੂਲ ਸਕੂਲ ਵਧੀਆ ਸੀਗਾ ਹਾਈ ਸਕੂਲ ਸੀ ਮੀਆਂ ਮੀਲਾਂ ਦੇ ਵਿੱਚ ਵਿੱਚ ਉਹੋ ਹੀ। ਅੱਛਾ, ਅਤੇ ਮੁਸਲਮਾਨਾਂ ਦੇ ਬੱਚੇ ਵੀ ਪੜ੍ਹਦੇ ਸੀ ਤੁਹਾਡੇ ਨਾਲ? ਹਾਂਜੀ। ਕੋਈ ਨਾਂ ਯਾਦ ਆ? ਸਕੂਲ ਖਾਲਸਾ ਕਾਲਜੀ ਖਾਲਸਾ ਮਤਲਬ ਖਾਲਸਾ ਸਕੂਲ ਵਧੀਆ ਹਾਈ ਸਕੂਲ। ਅੱਛਾ, ਖਾਲਸਾ ਸੀਗਾ? ਖਾਲਸਾ ਹਾਈ ਸਕੂਲ ਨਵਾਂ ਪਿੰਡ। ਠੀਕ ਠੀਕ। ਮੈਨੇਜਰ ਗੁਰਬਚਨ ਸਿੰਘ। ਹੋਰ ਸੁਣਾਓ ਕੋਈ ਗੱਲਬਾਤ ਉੱਥੇ ਦੀ, ਕੋਈ ਯਾਦ? ਲੜਾਈਆਂ ਲੜੀਆਂ ਤਾਂ ਨਹੀਂ ਹੁੰਦੀਆਂ ਸੀ ਆਪਸ 'ਚ? ਨਹੀਂ, ਲੜਾਈਆਂ ਸਾਡੇ ਅਲੱਗ ਮਤਲਬ ਹੈਗਾ ਸੀ ਡਾਕਖਾਨਾ ਜਿਹੜਾ ਸੀ ਨਾ ਉੱਥੇ ਹੈਗਾ ਸੀ ਜੈਲਦਾਰ ਜੀ ਜੀ ਵਾਹਗਾ ਖਾਨੂੰ ਦੇ ਖਾਨ ਖਾਨ ਜੀ ਜੀ ਅਤੇ ਉਹ ਮਤਲਬ ਵੋਟਾਂ ਵਾਟਾਂ ਦੀ ਲੋੜ ਰਹਿੰਦੀ ਉਹਨੂੰ ਕਿਉਂ ਕਦੇ ਪੈਂਦੀਆਂ ਅਤੇ ਉਹ ਮਤਲਬ ਸਾਡੇ ਮਤਲਬ ਬੜਾ ਮਤਲਬ ਢਾਬਿਆਦਾਰ ਹੁੰਦਾ ਸੀ ਅਤੇ ਸਾਡੇ ਜਿਹੜਾ ਪਿੰਡ ਦਾ ਸੂਬਾ ਸੀ ਨਾ ਉਹ ਸੂਬਾ ਉਹਨੂੰ ਜਾਂਦਾ ਸੀ। ਅੱਛਾ ਅੱਛਾ ਅੱਛਾ। ਸਾਡੇ ਪਿੰਡ ਸ਼ੁਰੂ ਹੁੰਦਾ ਸੀ ਸੂਬਾ ਅਤੇ ਉਹਨਾਂ ਦੇ ਪਿੰਡ ਜਾ ਕੇ ਮੁੱਕਦਾ ਸੀ। ਠੀਕ। ਨੇੜੇ ਤੇੜੇ ਮੁਸਲਮਾਨਾਂ ਦੇ ਪਿੰਡ ਵੀ ਸੀਗੇ? ਮੁਸਲਮਾਨ ਪਿੰਡ ਉੱਥੇ ਲਾਗੇ ਲਾਗੇ ਹੈਗਾ ਸੀ ਡਾਕਖਾਨਾ ਕੜਕਣ ਹੋਰ ਹੈਗਾ ਸੀ ਕੱਕੀ ਮਾਮਲਪੁਰਾ ਕੱਕੀ ਬਨੋਟਿਆਲੀ ਅਤਲਗੜ ਬਨੋਟਿਆਲੀ ਸ਼ਾਹਕੋਟ ਉੱਥੇ ਜਿਹੜਾ ਜਵਾਹਰ ਸੀ ਉਹਦਾ ਨਾਂ ਤਫੈਲ ਸੀ ਉਹਦੇ ਵੱਡਿਆਂ ਦਾ ਨਾਂ ਸ਼ਹਿਕ ਮਹੰਮਦ ਸੀ ਇੱਕ ਇਸ ਤਰ੍ਹਾਂ ਹੋਰ ਸ਼ਹਿਕ ਮਹੰਮਦ ਮੁਹੰਮਦ ਹਮੀਦ ਇਹੋ ਨਾਂ ਸੀ। ਅੱਛਾ, ਜਦੋਂ ਪਾਰਟੀਸ਼ਨ ਹੋ ਗਈ ਉਦੋਂ ਦੀ ਗੱਲ ਸੁਣਾਓ ਵੀ ਕੀ ਬਣਿਆ? ਉਦੋਂ ਮਤਲਬ ਬੜੀ ਦੁਨੀਆ ਅਸੀਂ ਉੱਥੇ ਜਿਹੜਾ ਹੈਗਾ ਮਤਲਬ ਸੱਤਾ ਸੁਵਿਧਾ ਜਿਹਨੂੰ ਝੂਲਕਾ ਲਾਉਂਦੇ ਆ। ਹਾਂਜੀ। ਅਸੀਂ ਕੰਪ ਉੱਥੇ ਲੱਗਾ ਸਾਡਾ। ਅੱਛਾ ਜੀ। ਅਸੀਂ ਉੱਥੇ ਪਹਿਲਾਂ ਇੱਕ ਮਹੀਨਾ ਭਰ ਰਹੇ ਹਾਂ ਇੱਕ ਮਹੀਨਾ ਅਤੇ ਵਾਰੀ ਨਾ ਆਵੇ ਜਿਹੜੇ ਜੋ ਬੰਦੇ ਚੱਕ ਚੁੱਕ ਜਾਣ ਉਹ ਬਲੈਕ ਜਿਹੜੇ ਬੰਦੇ ਜਿਹੜੇ ਪੈਸੇ ਜੋ ਉਹਨਾਂ ਨੂੰ ਲੈ ਆਉਣ ਨਹੀਂ ਦਿੰਦੇ ਉਹਨਾਂ ਨੂੰ ਨਹੀਂ ਫਿਰ ਕੀ ਵਾਪਸ ਸਾਨੂੰ ਮਹੀਨਾ ਹੋ ਗਿਆ ਉੱਥੇ ਥੱਲੇ ਜਿਹੜੇ ਹੀ ਆ ਇੱਕ ਬੰਨੇ ਹੈਗਾ ਸੀ ਸੂਬਾ ਇੱਕ ਬੰਨੇ ਪੱਕੀ ਸੜਕ ਸੀ ਇੱਕ ਬੰਨੇ ਗੁਰਦੁਆਰਾ ਸੱਚਾ ਸੌਦਾ ਹੈਂ ਇਹਦੇ ਵਿੱਚ ਹੀ ਉਹ ਪੰਜ ਛੇ ਮੀਲ ਸੀ ਜਿਹੜਾ ਥਾਂ ਉਹਦੇ ਵਿੱਚ ਹੀ ਕੰਪ ਲਗਾ ਸੀ ਉੱਥੇ ਜਦੋਂ ਹਰ ਵੇ ਰਹਿਣਾ ਮਤਲਬ ਉਹਦੇ ਲਾਗੇ ਲਾਗੇ ਜਾ ਕੇ ਲੈਟਰੀਆਂ ਵੀ ਕਰਨੀਆਂ ਲਾਗੇ ਸੂਬਾ ਸੀ ਉਹ ਅਤੇ ਡਰਦਿਆਂ ਲੋਕਾਂ ਉਹਨੂੰ ਪਰਾਂ ਨਾ ਜਾਣਾ ਅਤੇ ਉੱਥੇ ਤਾਂ ਥੱਲੇ ਜਦੋਂ ਮਹੀਨਾ ਕੁ ਹੋ ਗਿਆ ਨਾ ਥੱਲੇ ਕੁੜੀ ਗਿਆ ਪੱਭੂ ਚੜ ਗਿਆ ਸੀ ਚੱਲੋ ਚਿੱਟੇ ਚਿੱਟੇ ਪੱਭੂ ਨਿਕਲ ਲੱਗ ਪਏ ਗਾਂਧੀ ਅਤੇ ਉਹ ਕੀ ਹੋਇਆ ਵੀ ਜਦੋਂ ਫਿਰ ਅਸੀਂ ਨਾ ਅਸੀਂ ਫਿਰ ਆਖਿਆ ਵੀ ਇੱਡਾ ਜਵਾਰੀ ਨਹੀਂ ਹੁਣ ਸਾਡੇ ਬਾਪ ਨੇ ਸਾਡਾ ਬਾਪ ਬੜਾ ਚੱਲਦਾ ਪੁਰਜਾ ਸੀ ਉਹਨੇ ਕੀ ਕੀਤਾ ਵੀ ਉਹਨੇ ਨਾ ਜਿਹੜੇ ਟੱਕ ਵਾਲੇ ਸੀ ਨਾ ਉਹਨਾਂ ਨੂੰ ਫਿਰ ਉਹਨੇ ਪੰਜ ਸੌ ਕੁ ਛੇ ਸੌ ਰੁਪਇਆ ਦਿੱਤਾ ਉਸ ਵੇਲੇ ਅਤੇ ਫਿਰ ਉਹ ਜਿਹੜਾ ਸੀ ਅਸੀਂ ਆਏ ਫਿਰ ਚੜ੍ਹੇ ਉੱਥੋਂ ਫਿਰ ਚੜ੍ਹੇ ਅਤੇ ਸੱਚੇ ਜਿੱਥੇ ਆਏ ਨਾ ਮਤਲਬ ਸੱਚੇ ਸਬਜ ਜਿਹਨੂੰ ਝੂਠਾ ਲਾਉਂਦੇ ਆ ਸ਼ੇਖੂਪੁਰ ਹਾਂਜੀ ਜਿਹੜਾ ਉੱਥੇ ਆ ਕੇ ਗੱਡੀ ਚੱਕ ਲਈ ਉਹਨਾਂ ਮੁਸਲਮਾਨਾਂ ਨੇ ਅੱਛਾ ਅੱਛਾ ਮਾਰਨ ਵਾਸਤੇ ਹੋ ਗਿਆ ਵੀ ਚਾਰ ਪਾਰ ਗੱਡੀ ਉੱਥੇ ਡੱਕੀ ਇੱਕ ਦਿਨ ਦੀ ਕਰਾਰ ਉਹ ਅਤੇ ਨਾਲ ਸੀ ਗੋਰਖਾ ਮੇਰੀ ਉਹ ਕੋਈ ਪੰਜ ਛੇ ਬੰਦੇ ਹੋਣੇ ਆ ਉਹਨਾਂ ਚਾਰ ਸਵੇਰੇ ਪੈਰਾ ਲਾ ਦਿੱਤਾ ਦਿਨ ਰਾਤ ਅੱਠੇ ਪੈਰ ਕੋਈ ਉੱਠੇ ਡੇ ਪੈਰ ਚਲੇ ਗਲਾਉਂਦੇ ਇੰਨਾ ਕੁ ਅੱਠ ਪੈਰ ਪਹਿਰਾ ਚਾਰ ਵਜੇ ਤੁਰੇ ਰਹੇ ਉਹਦੇ ਮੁਸਲਮਾਨ ਜਿਹੜੇ ਸੀ ਨਾ ਸ਼ੇਖੂਪੁਰ ਦੇ ਉੱਥੇ ਲਾਗੇ ਲਾਗੇ ਕੁੜੀ ਪਾਣੀ ਨਾ ਪੀਣ ਨੂੰ ਲੱਭੇ ਅਤੇ ਛਪੜੀਆਂ ਦੇ ਵਿੱਚ ਮੀਂਹ ਦੇ ਵਿੱਚ ਪਾਣੀ ਭਰਿਆ ਹੈ ਲੋਕ ਪੰਜ ਪੰਜ ਕਿਲੋ ਚਾਹੇ ਮਨ ਅਤੇ ਉੱਠ ਕੇ ਜੋ ਉਹਨੇ ਪਾਣੀ ਪੀਣ ਜਾਣ ਹੈ ਜੇ ਪਾਣੀ ਪੀਣ ਜਾਣ ਤਾਂ ਕਰਨਾ ਕੁਰਨਾ ਕਰੀ
वह लिया के ना मुसलमान जोड़े वह अभी बेच छाने जा मिट्टी जा दिया जाए जहर है लोग बेचारे उ पास पास पीन वो भी लोग ना ही अठन के वो जरा ना उतर तक मुसलमान जरा छपाई उन्हें फिर हाकी लाई वो जो लगा कुटन मुसलमान लिया के फिर वो जी ना ही अठन फिर गोलखा जरा ही उन्हें भरया मतलब असले का उन्हें ला के जड़ी है कि गन जड़ी ही स्टीम गन जड़ी ही तो बीट दिता जे तो बंद तो पुत मन दो नहीं तो तुम्हें चाह के तीन तीन मिनट आके तो कोई उठ जाना तो फिर ना करो मैं नहीं मैं फैर खोल दिता से फिर वो उठे फिर क्यों हो फिर जो अठ पैर हो गए ना फिर पानी खोलिया ज्यों ज्यों गया ना फिर नलका खोलिया वो कई जो इन्ना आए ही बंदे जो पानी पीन कई बंद तो पानी पीने तो उठे उठ के जा बने एक जा लगे जा वो क्या भी कई बंदे इतने मर गए वो फिर अठी पैरी कटी फिर उठे गई वापस वापस हो गई छत्ती हो गई जिते कंप से फिर उठो अही मुड़के मतलब टक्का राही फिर आए हैं और सही सही सलामत आ गए सारे हाँ जी सारा टब्बर सही सलामत आ गया सी सारा सब नाल सारा पाया ही वो गड्डा लेके आया बडो बलो के हेड जाई वो भी सही सलामत आ गया चार बॉल भी लाया अच्छा अच्छा इलाका वाकई वधिया सी इने इलाका बहुत वधिया है नहरां पैंदियां ही अठी दिनी बारी तो जमीन बड़ी जरखेज सी कभी मुड़ के मौका मिले जी जान का नहीं गए नहीं साढ़े पिंडों एक दो बंदे गए वो दस दिया भी वो जोड़े पुराने बंदे तो कोई नहीं रहा नवे मुंडे ही बस जोड़े है जो पुराने रह गए बाकी तो होर सुनाओ कोई गलबात उधरली सुपने अच आ जाता पिंड आ जाता कई बार उस फिर चुरा सुपने ਤੁਹਾਨੂੰ ਮੌਕਾ ਮਿਲੇ ਆਪਣਾ ਪਿੰਡ ਵੇਖਣ ਦਾ ਤਾਂ ਸਭ ਤੋਂ ਪਹਿਲਾਂ ਕਿਹੜੀ ਚੀਜ਼ ਵੇਖੋਗੇ ਆਪਣਾ ਪਿੰਡ ਵੇਖਾਂਗੇ ਆਪਣਾ ਘਰ ਲੱਭਾਂਗੇ ਘਰ ਲੱਭਾਂ ਪਹਿਲਾਂ ਘਰ ਵੇਖਾਂਗੇ ਲੈਂਦੇ ਚੜ੍ਹਦੇ ਆਉਂਦੇ ਜਦੋਂ ਵੇਖ ਕੇ ਆਏ ਨਾ ਆਉਂਦੇ ਵਾਪਸ ਅਸੀਂ ਜੇ ਥੋੜ੍ਹੀ ਨਾ ਕਿਹਾ ਨਾ ਜਿਹੜਾ ਸਾਡਾ ਮਤਲਬ ਜ਼ਮੀਨ ਸੀ ਜਿੱਥੇ ਆਉਂਦੇ ਉਸੇ ਰਾਹੀਂ ਮੁੜ ਕੇ ਆਏ ਹਾਂ ਕਿਉਂ ਪਹਿਲਾਂ ਆਏ ਨੂੰ ਚੜ੍ਹ ਗਿਆ ਗਾਹ ਲੈਂਦੇ ਨੂੰ ਉੱਥੋਂ ਫਿਰ ਕੰਪ ਜਿਹੜਾ ਹੈ ਇੱਧਰ ਬਣਿਆ ਅਸੀਂ ਫਿਰ ਆਪਣੇ ਜਿਹੜਾ ਜਿਹੜਾ ਬਰਾਬਰ ਨਾਲ ਦੀ ਲੰਘ ਕੇ ਆਏ ਹਾਂ ਉਹਦੇ ਵਿੱਚ ਫਿਰ ਸਾਨੂੰ ਸਾਡਾ ਪਿਓ ਬਈ ਮਰਾ ਹੈਗਾ ਸੀ ਮਤਲਬ ਦਿਲ ਚਲਾ ਹੈ ਉਹ ਮੁੜ ਕੇ ਪਿੰਡ ਵੇਖਣ ਗਿਆ ਜਾ ਕੇ ਅੱਛਾ ਇਹੋ ਜਿਹੀ ਕਿਹਾ ਜੋ ਜਿਹੜੇ ਘਰ ਸੀ ਨਾ ਛੱਤਾਂ ਸਭ ਲੋਕ ਲਾ ਕੇ ਲੈ ਗਏ ਜਿਹੜੇ ਬੂਹੇ ਜਿਹੜੇ ਬੜੇ ਬੜੇ ਵਧੀਆ ਬਣੇ ਉਹ ਵੀ ਸਭ ਲਾ ਕੇ ਲੈ ਗਏ ਖੋਲੇ ਖੋਲੇ ਬਣੇ ਖੋਲੇ ਰਹਿ ਗਏ ਬਸ ਖੋਲੇ ਓਹੋ ਉਹਨਾਂ ਦਾ ਦਿਲ ਬੜਾ ਖਰਾਬ ਹੋਇਆ ਹੋਣਾ ਦਿਲ ਤਾਂ ਖਰਾਬ ਹੋਇਆ ਪਰ ਉਹ ਸਾਨੂੰ ਪਤਾ ਲੱਗ ਗਿਆ ਸੀ ਵੀ ਜਿਹਨ ਖੜੇ ਆ ਉਹ ਹੈਗਾ ਸੀ ਸਾਡੇ ਲਾਗੇ ਮਤਲਬ ਮਜੋਰਾਂ ਵਾਲੀ ਆ ਮੁਸਲਮਾਨਾਂ ਦਾ ਪਿੰਡ ਮਜੋਰਾਂ ਵਾਲੀ ਸੀ ਮਜੋਰਾਂ ਵਾਲੀ ਦੇ ਮੁਸਲਮਾਨਾਂ ਨੇ ਖੜੇ ਸੀ ਹਾਂ ਮਜੋਰਾਂ ਵਾਲਾ ਦਾ ਪਿੰਡ ਸੀ ਮੁਸਲਮਾਨਾਂ ਨਵੇਂ ਪਿੰਡ ਦੇ ਲਾਗੇ ਬਾਪੂ ਕਹਿੰਦਾ ਬਾਪੂ ਉਹਨੇ ਆਖਿਆ ਇਹ ਮੇਰੇ ਭਰਾ ਦਾ ਘਰ ਆ ਇਹ ਮੈਂ ਲੁਕਣਾ ਤਾਂ ਉਹ ਮੁੜਕੇ ਕਿ ਉਹਨੇ ਸਾਕੂ ਖੜਿਆ ਤਾਂ ਬਾਪੂ ਨੇ ਆਖਿਆ ਕੋਈ ਗੱਲ ਨਹੀਂ ਪੁੱਤ ਇਹ ਤਾਂ ਗਿਆ ਮੈਂ ਆ ਜੇ ਤੁਸੀਂ ਪੁੱਤ ਆਮ ਨਾਲ ਲੈ ਕੇ ਆਏ ਤਾਂ ਫਿਰ ਮੇਰਾ ਵੀ ਨਾਮ ਬਗਰ ਸੁਣ ਜੀ ਆਖਣਾ ਉਹਦਾ ਨਾਂ ਕੀ ਸੀਗਾ ਮਜੋਰਾ ਵਾਲੀ ਦਾ ਮਜੋਰਾ ਵਾਲੀ ਜਿਹੜੇ ਮੁਸਲਮਾਨ ਦਾ ਨਾਂ ਸੀ ਹਾਂਜੀ ਜੁੱਲੀ ਟੁੱਲੀ ਜੁੱਲੀ ਟੁੱਲੀ ਦੋ ਭਰਾ ਸੀਗੇ ਜੁੱਲੀ ਬਦਮਾਸ਼ ਸੀਗਾ ਅੱਛਾ ਚਾਕੂ ਉਹ ਕਹਿੰਦਾ ਮੇਰਾ ਭਰਾ ਆ ਇਹ ਘਰ ਮੈਂ ਲੁੱਟਣਾ ਹਾਂ ਅੱਗੇ ਆਉਣਾ ਜਾਂਦਾ ਸੀ ਅੱਛਾ 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 ਅੱਗੇ ਵੀ ਜਦੋਂ ਆਉਂਦਾ ਜਾਂਦਾ ਸੀ ਮੈਨੂੰ ਕਹਿੰਦੇ ਰਫਲ ਕੋਲ ਰੱਖਦਾ ਸੀ ਅਰਬੇ ਫਿਰ ਮੌਕਾ ਨਹੀਂ ਮਿਲਿਆ ਨਾ ਮੁੜ ਕੇ ਜਾਣ ਦਾ ਨਹੀਂ ਤਾਂ ਦਰਵਾਜ਼ੇ ਆ ਜਾਣੇ ਸੀ ਮੌਕਾ ਨਹੀਂ ਮਿਲਿਆ ਚਲੋ ਜੀ ਇਹ ਯਾਦਾਂ ਆ ਜੀ ਇਹ ਯਾਦਾਂ ਦਾ ਸਰਮਾਇਆ ਜਿਹੜਾ ਅਸੀਂ ਇਕੱਠਾ ਕਰ ਰਹੇ ਹਾਂ ਬਜ਼ੁਰਗਾਂ ਕੋਲੋਂ ਕਿ ਆਉਣ ਵਾਲੀ ਨਸਲ ਨੂੰ ਪਤਾ ਲੱਗੇ ਵੀ ਬਜ਼ੁਰਗਾਂ ਨੇ ਕਿੰਨੇ ਦੁੱਖ ਝੱਲੇ ਕਿਵੇਂ ਇੱਧਰੋਂ ਉੱਜੜ ਕੇ ਗਏ ਉੱਧਰ ਬਸੇ ਜ਼ਮੀਨਾਂ ਬਣਾਈਆਂ ਫਿਰ ਉੱਜੜਨਾ ਪੈ ਗਿਆ ਨਵੇਂ ਸਿਨੋਂ ਕਈਆਂ ਨੂੰ ਇੱਧਰੋਂ ਇੱਧਰ ਜ਼ਮੀਨਾਂ ਬਣਾਉਣੀਆਂ ਪਈਆਂ ਅੱਧਾ ਮਰਬਾ ਜ਼ਮੀਨ ਦਾ ਜੋ ਗਏ ਨਾ ਮੈਂ ਆਈ ਹੈ ਸਾਡੇ ਜਿਹੜੇ ਬਾਪ ਸੀ ਉਹ ਤਿੰਨ ਭਰਾ ਸੀ
अशबाग बड़ा ही दो थाई जमीन सी मतलब कोई बेईमानी नहीं एक दूर तो बद तो बद कमाई करते हाँ चार मरबे बनाए उठे मेहनती लोग से दो मरबे एक था तो दो मरबे एक था दो पिंडी जमीन से ठीक जी। चलो बजुर्गो बहुत बहुत धन्यवाद ਤੁਹਾਡਾ बहुत सोहनिया गल्लां कीतियां तुसीं। बाकी यह है कि जो कि मतलब लोड़ पवे बांगर के बिचों आन के तू बांगर तू बहुत दूर खाने वाई वाह। अच्छा इतरों ले जाते सी बहुत खापट केड़ी दिन बन जाए इतों कर गए इतने उन्होंने एक जरा इतों का चौधरी मतलब जिन्हों पंजा लगा दाम कर वो घर उन्होंने आन जान से उन्हें मुड़ के बदया बदया बहुत उन्हें मंडी मंडी नगनी मंडी जो छोटी जी बहुत वो लेके देने वो जो सुहागे चढ़ते हैं ऐसा होता है जो घुमा जा ट्रैक्टर की अपना हट बेटी जो एक बार मुसलमान लागे साढ़े ही उन्होंने मतलब जैलदार से वो बड़ा अपने आप बनया फिरता है उत्थे जो साडा जरा है चाचा उन्होंने बड़ा शौक से बगलों का वो क्या उसे जाके कमा पीर जे जाके मगर लग गया तो वह की करता है जो चाचा हाँ जो बड़ा हाली है उन्हें जो है हक बॉल मतलब हल के उत्ते चढ़ गया जो है तो बॉल जो है दरकन लग पाए तो वह आता बागा आता अपना घर फूक फिर पता लगता उन्हें आखा भी अच्छी उन्हें गल लगी उन्हें आखा भी अच्छा जी ये गल है फिर उन्हें आखा वो रोटी ना खावे फिर उस चढ़े तो खा उस जाके कापड़ चेड़ी चार बॉल लेने अच्छा बढ़िया उन्हें सद्या उन्होंने वो जगह चढ़िया ना उसे मतलब सुहागा दिता है चार बॉल चुबलता तो वो चलो चाचा है साढ़ा वो पहले बने वो थले बने जे उन्हें आख्या ना हट बेटी चो सुसरा ऐ करके पुरानी लाई तो वो जरा ना जैलदार वो पिछले बने जाता उन्हें पैरों पैर तो सुहागा चुक दिया मारिया तो कुला के बेचारे का मुके उस पिंड के लंबड़दार केड़े केड़े से पिंड के लंबड़दार साढ़े एक तो करतार सिंह भगत आए का करतार नहीं पिंड का ना ही हाकम सिंह हाकम सिंह हाकम सिंह अच्छा जोड़ा है ही इतने चौथी वह ना ही संता सिंह। अच्छा जी ठीक है वो ताड़ा जोड़ा पिंड सेगा वो सारा पिंड इसी पिंड से आ गया ज कई पिंड खिलर गया नहीं बहुत कोई कहाँ चल गया कोई इतने रह गया कोई कदे गया गाड़ी चल गया कोई कदे कोई मतलब खलारा पाता संताली ने हाँ जी संताली ने मैं कहा खलार दते खलार दते कि पिंड जोड़ा कोई जड़े जिन्हें इतने लाट हुई अभी पहले गाँव तैयार हो छोटिया घर किसान भेजते इतने रहना पे साड़ी जमीन क्योंकि इतने पहली जायदाद सी ना इतने पुरानी जी जमीन सी ठीक। चलो बजुर्गो बहुत चंगा लग्या चलो मेहरबानी ताड़ी शुक्रिया जी चाचा शुक्रिया कर अभी जाने तू रात थैंक यू जी बस नहीं मेहरबानी जी शुक्रिया 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 जी ठीक है जी।